ਬੰਦ ਕਰੋ ਬੰਦ ਕਰੋ ਬੰਦ ਕਰੋ ਬੀਜੇਪੀ ਸਰਕਾਰ ਮੁਰਦਾਬਾਦ 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 ਬੀਜੇਪੀ ਮੁਰਦਾਬਾਦ 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 ਮੁਖੇ ਸੋਧ ਆਪਣੇ ਪਾਰਟਨਰਸ ਕੋ ਦੇ ਦਿਏ ਗਏ ਹੈ। ਆਂਧਰਾ ਪ੍ਰਦੇਸ਼ ਔਰ ਬਿਹਾਰ ਕੇ ਲਿਏ ਬੁਰੇ ਦਿਲ ਸੇ ਪੈਸਾ ਦਿਆ ਗਿਆ ਹੈ, ਪੰਜਾਬ ਕੋ ਏਕ ਵੀ ਪੈਸਾ ਨਹੀਂ ਦਿਆ ਗਿਆ। ਅਸੀਂ ਲੋਕ ਵਾਰ ਵਾਰ ਖੜੇ ਹੋ ਕੇ, ਮੈਂ ਅਮਰ ਸਿੰਘ ਕਬਾਇਆ ਸਾਹਿਬ ਸੁਖਜਿੰਦਰ ਰੰਧਾਵਾ ਖੜੇ ਹੋ ਕੇ ਵਾਰ ਵਾਰ ਕਿਹਾ ਕਿ ਪੂਰੀ ਬਜਟ ਸਪੀਚ ਦੇ ਵਿੱਚ ਇੱਕ ਵੀ ਵਾਰ ਪੰਜਾਬ ਦਾ ਨਾਮ ਨਹੀਂ ਆਇਆ, ਪੰਜਾਬ ਦਾ ਜ਼ਿਕਰ ਨਹੀਂ ਆਇਆ। ਜਦਕਿ ਕਈ ਵਾਰ ਬਿਹਾਰ ਦਾ ਨਾਮ ਲਿਆ ਗਿਆ, ਆਂਧਰਾ ਪ੍ਰਦੇਸ਼ ਦਾ ਨਾਮ ਲਿਆ ਗਿਆ, ਆਪਣੇ ਅਲਾਇੰਸ ਪਾਰਟਨਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਹੈ, ਕਿਉਂਕਿ ਸਰਕਾਰ ਨਾ ਡਿੱਗ ਜਾਏ। ਹਰ ਸਟੇਟ ਦਾ ਕਿਤੇ ਨਾ ਕਿਤੇ ਨਾਂ ਆਇਆ, ਲੇਕਿਨ ਕੇਰਲਾ ਦਾ ਇੱਕ ਵਾਰੀ ਨਾਂ ਨਹੀਂ ਆਇਆ, ਪੰਜਾਬ ਦਾ ਇੱਕ ਵਾਰੀ ਨਾਂ ਨਹੀਂ ਆਇਆ। ਇਹਦਾ ਕਾਰਨ ਇਹ ਹੈ ਕਿ ਪੰਜਾਬ ਔਰ ਕੇਰਲਾ ਨੇ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਦਿੱਤਾ। ਪਰ ਇਹ ਭੁੱਲਣਾ ਨਹੀਂ ਚਾਹੀਦਾ, ਪੰਜਾਬ ਬਾਰਡਰ ਸਟੇਟ ਹੈ, ਪੰਜਾਬ ਉਹ ਸੂਬਾ ਹੈ ਜਿਹਦੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਝੰਡਾ ਲਹਿਰਾਉਂਦੇ ਹਨ। ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦੇ ਕੇ ਅੱਜ ਸਾਡੇ ਦੇਸ਼ ਦੀ ਆਣ ਔਰ ਸ਼ਾਨ ਦੀ ਰਾਖੀ ਰੱਖੀ ਹੈ, ਪੰਜਾਬ ਦੇ ਨੌਜਵਾਨ, ਪੰਜਾਬ ਦਾ ਸਰਹੱਦੀ ਤੇ ਸਰਹੱਦ ਤੇ ਰਾਖੀ ਕਰਦਾ ਜਿਹੜਾ ਫੌਜੀ ਹੈ, ਉਹ ਇੱਕ ਇੱਕ ਬੰਦਾ ਵੀਹਾਂ ਵੀਹਾਂ ਨਾਲ ਲੜਾਈ ਲੜਦਾ ਹੈ। ਸੋ ਇਸ ਕਰਕੇ ਸਾਡੇ ਮਨ ਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਸਾਡੇ ਨਾਲ ਵਿਤਕਰਾ ਹੋ ਰਿਹਾ। ਸਾਡੀ ਡਿਮਾਂਡ ਸੀ, ਅਸੀਂ ਜਿਹੜਾ ਬਾਹਰ ਪ੍ਰਦਰਸ਼ਨ ਕੀਤਾ ਸਾਰੇ MP ਸਾਹਿਬਾਨਾਂ ਨੇ, ਸਾਡੀ ਡਿਮਾਂਡ ਹੈ ਕਿ ਪੰਜਾਬ ਨੂੰ ਹੁਣ ਜਿਹੜੀ ਆਪਦੀ ਰਿਵਿਊ ਬਜਟ ਸਪੀਚ ਹੋਏਗੀ, ਰਿਪਲਾਈ ਆਏਗਾ ਫਾਈਨਾਂਸ ਮਿਨਿਸਟਰ ਦਾ, ਉਹਦੇ ਵਿੱਚ ਪੰਜਾਬ ਨੂੰ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦੇ ਵਾਸਤੇ ਅਨਾਊਂਸਮੈਂਟ ਕੀਤੀ ਜਾਵੇ, ਚਾਹੇ ਕੁਝ ਕੀਤੀ ਜਾਵੇ। ਅਸਾਂ ਤਾਂ ਕਹਿੰਦੇ ਹਾਂ ਕਿ ਸਾਨੂੰ ਰਾਹਤ ਬਜਟ ਦੇਣਾ ਚਾਹੀਦਾ, ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ। ਤੁਸੀਂ ਸਭ ਨੂੰ ਫਲੱਡ ਰਿਲੀਫ ਵਾਸਤੇ ਅਸਿਸਟੈਂਸ ਦਿੱਤੀ, ਹਿਮਾਚਲ ਨੂੰ ਵੀ ਦਿੱਤੀ, ਬਿਹਾਰ ਨੂੰ ਵੀ ਦਿੱਤੀ, ਲੇਕਿਨ ਪੰਜਾਬ ਨੂੰ ਭੁੱਲ ਗਏ। ਪੰਜਾਬ ਦੇ ਵਿੱਚ ਵੀ ਫਲੱਡ ਆਏ, ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ, ਲੇਕਿਨ ਪੰਜਾਬ ਵਾਸਤੇ ਕੋਈ ਕੋਈ ਕਿਸੇ ਪ੍ਰਕਾਰ ਦੀ ਕੋਈ ਅਨਾਊਂਸਮੈਂਟ ਨਹੀਂ। ਬੰਦ ਕਰੋ ਬੰਦ ਕਰੋ ਬੰਦ ਕਰੋ ਬੀਜੇਪੀ ਸਰਕਾਰ ਮੁਰਦਾਬਾਦ 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 ਬੀਜੇਪੀ ਮੁਰਦਾਬਾਦ 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 ਮੁਖੇ ਸੋਧ ਆਪਣੇ ਪਾਰਟਨਰਸ ਕੋ ਦੇ ਦਿਏ ਗਏ ਹੈ। ਆਂਧਰਾ ਪ੍ਰਦੇਸ਼ ਔਰ ਬਿਹਾਰ ਕੇ ਲਿਏ ਬੁਰੇ ਦਿਲ ਸੇ ਪੈਸਾ ਦਿਆ ਗਿਆ ਹੈ, ਪੰਜਾਬ ਕੋ ਏਕ ਵੀ ਪੈਸਾ ਨਹੀਂ ਦਿਆ ਗਿਆ। ਅਸੀਂ ਲੋਕ ਵਾਰ ਵਾਰ ਖੜੇ ਹੋ ਕੇ, ਮੈਂ ਅਮਰ ਸਿੰਘ ਕਬਾਇਆ ਸਾਹਿਬ ਸੁਖਜਿੰਦਰ ਰੰਧਾਵਾ ਖੜੇ ਹੋ ਕੇ ਵਾਰ ਵਾਰ ਕਿਹਾ ਕਿ ਪੂਰੀ ਬਜਟ ਸਪੀਚ ਦੇ ਵਿੱਚ ਇੱਕ ਵੀ ਵਾਰ ਪੰਜਾਬ ਦਾ ਨਾਮ ਨਹੀਂ ਆਇਆ, ਪੰਜਾਬ ਦਾ ਜ਼ਿਕਰ ਨਹੀਂ ਆਇਆ। ਜਦਕਿ ਕਈ ਵਾਰ ਬਿਹਾਰ ਦਾ ਨਾਮ ਲਿਆ ਗਿਆ, ਆਂਧਰਾ ਪ੍ਰਦੇਸ਼ ਦਾ ਨਾਮ ਲਿਆ ਗਿਆ, ਆਪਣੇ ਅਲਾਇੰਸ ਪਾਰਟਨਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਹੈ, ਕਿਉਂਕਿ ਸਰਕਾਰ ਨਾ ਡਿੱਗ ਜਾਏ। ਹਰ ਸਟੇਟ ਦਾ ਕਿਤੇ ਨਾ ਕਿਤੇ ਨਾਂ ਆਇਆ, ਲੇਕਿਨ ਕੇਰਲਾ ਦਾ ਇੱਕ ਵਾਰੀ ਨਾਂ ਨਹੀਂ ਆਇਆ, ਪੰਜਾਬ ਦਾ ਇੱਕ ਵਾਰੀ ਨਾਂ ਨਹੀਂ ਆਇਆ। ਇਹਦਾ ਕਾਰਨ ਇਹ ਹੈ ਕਿ ਪੰਜਾਬ ਔਰ ਕੇਰਲਾ ਨੇ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਦਿੱਤਾ। ਪਰ ਇਹ ਭੁੱਲਣਾ ਨਹੀਂ ਚਾਹੀਦਾ, ਪੰਜਾਬ ਬਾਰਡਰ ਸਟੇਟ ਹੈ, ਪੰਜਾਬ ਉਹ ਸੂਬਾ ਹੈ ਜਿਹਦੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਝੰਡਾ ਲਹਿਰਾਉਂਦੇ ਹਨ। ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦੇ ਕੇ ਅੱਜ ਸਾਡੇ ਦੇਸ਼ ਦੀ ਆਣ ਔਰ ਸ਼ਾਨ ਦੀ ਰਾਖੀ ਰੱਖੀ ਹੈ, ਪੰਜਾਬ ਦੇ ਨੌਜਵਾਨ, ਪੰਜਾਬ ਦਾ ਸਰਹੱਦੀ ਤੇ ਸਰਹੱਦ ਤੇ ਰਾਖੀ ਕਰਦਾ ਜਿਹੜਾ ਫੌਜੀ ਹੈ, ਉਹ ਇੱਕ ਇੱਕ ਬੰਦਾ ਵੀਹਾਂ ਵੀਹਾਂ ਨਾਲ ਲੜਾਈ ਲੜਦਾ ਹੈ। ਸੋ ਇਸ ਕਰਕੇ ਸਾਡੇ ਮਨ ਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਸਾਡੇ ਨਾਲ ਵਿਤਕਰਾ ਹੋ ਰਿਹਾ। ਸਾਡੀ ਡਿਮਾਂਡ ਸੀ, ਅਸੀਂ ਜਿਹੜਾ ਬਾਹਰ ਪ੍ਰਦਰਸ਼ਨ ਕੀਤਾ ਸਾਰੇ MP ਸਾਹਿਬਾਨਾਂ ਨੇ, ਸਾਡੀ ਡਿਮਾਂਡ ਹੈ ਕਿ ਪੰਜਾਬ ਨੂੰ ਹੁਣ ਜਿਹੜੀ ਆਪਦੀ ਰਿਵਿਊ ਬਜਟ ਸਪੀਚ ਹੋਏਗੀ, ਰਿਪਲਾਈ ਆਏਗਾ ਫਾਈਨਾਂਸ ਮਿਨਿਸਟਰ ਦਾ, ਉਹਦੇ ਵਿੱਚ ਪੰਜਾਬ ਨੂੰ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦੇ ਵਾਸਤੇ ਅਨਾਊਂਸਮੈਂਟ ਕੀਤੀ ਜਾਵੇ, ਚਾਹੇ ਕੁਝ ਕੀਤੀ ਜਾਵੇ। ਅਸਾਂ ਤਾਂ ਕਹਿੰਦੇ ਹਾਂ ਕਿ ਸਾਨੂੰ ਰਾਹਤ ਬਜਟ ਦੇਣਾ ਚਾਹੀਦਾ, ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ। ਤੁਸੀਂ ਸਭ ਨੂੰ ਫਲੱਡ ਰਿਲੀਫ ਵਾਸਤੇ ਅਸਿਸਟੈਂਸ ਦਿੱਤੀ, ਹਿਮਾਚਲ ਨੂੰ ਵੀ ਦਿੱਤੀ, ਬਿਹਾਰ ਨੂੰ ਵੀ ਦਿੱਤੀ, ਲੇਕਿਨ ਪੰਜਾਬ ਨੂੰ ਭੁੱਲ ਗਏ। ਪੰਜਾਬ ਦੇ ਵਿੱਚ ਵੀ ਫਲੱਡ ਆਏ, ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ, ਲੇਕਿਨ ਪੰਜਾਬ ਵਾਸਤੇ ਕੋਈ ਕਿਸੇ ਪ੍ਰਕਾਰ ਦੀ ਕੋਈ ਅਨਾਊਂਸਮੈਂਟ ਨਹੀਂ।